पर्ची भी असीं आपदी पर्ची भी करा लांगे असीं आपे करा लांगे पर्ची भी करा लांगे असीं बस वे अठ कट के फड़ा दे हुण देखदे वे दिंदे आ हुण तेरी देख लैणे वे अठ दिंदा कि नहीं दिंदा जवान नूं फुल चढ़ा ला बाबा तू रज के मंग ले यार ओ बाबा तू ला तैनूं दो दा मुल्ल करता इकट्ठे ही कन्ना दा मुल्ल पा रहे आ ते कनाडा तो अमरीका तो इंग्लैंड तो दुबई वीडियो सबसे पहले देखने के लिए चैनल को सब्सक्राइब करें घंटी का बटन ऑल पे कर दे ताकि सभी नोटिफिकेशन आप तक सबसे पहले पहुंच जाए धन्यवाद नगीना कोई हाँ कोई नगीना बढ़िया अख जेते मामा यार की करिए ना नगीना है नहीं कोई हाँ नगीना है नहीं कोई हाँ पर उन है नहीं भाई मामा चल आगने दी होगी ठेका मुलाके काम में हाँ भाई आगने दी होगी ठेका में ये इधर तेरा यार दस यार तू जा लाल तू दस दे कोई ना जोड़ा लाया मैं कट्ठा लाया तूने भैन भाई ना जोड़ा नहीं लेना एक ही लेनी जिन्ना का बजना उन्हें पैसे ले ला आए करना तेरह हजार रुपये चार महीने के बैठा पैंताली सौ रुपया नहीं चलो पैंताली सौ रुपया लको लेना मैं ले मामा की हो गया मामी ना लड़ाई नहीं हुई अज मामी लाने जोगी चल इधर देख लेने शर्मा जी फिर कोई ਦੇ ਹੋਰ ਖਚਲਾ ਪੂਰਾ ਜੇ ਮਾੜਾ ਮੋਟਾ ਹੈਗਾ ਫਰਕ ਦਰਦ ਹੋਣਾ ਨਹੀਂ ਬਾਬਾ ਜੀ ਕੰਨਾਂ ਦਾ ਮੁੱਲ ਪਾ ਰਹੇ ਆ ਇਹਦੇ ਕੰਨਾਂ ਦਾ ਮੁੱਲ ਪਾਇਆ ਨਹੀਂ ਹਾਲੇ ਕੱਲੇ ਕੱਲੇ ਕੰਨਾਂ ਦੇ ਮੁੱਲ ਲੈਣੇ ਬੱਠ ਦੇ ਪੈਸੇ ਲਾਏ ਨਹੀਂ ਤੈਂ 4000 ਰੁਪਏ ਕੰਨਾਂ ਦੀ ਕੀ ਗੱਲ ਦੱਸਾਂ ਲੈ ਕੰਨਾਂ ਦਾ ਹੀ ਮੁੱਲ ਨਹੀਂ ਹਾਂ ਬੱਠ ਦੇ ਪੈਸੇ ਰਹਿੰਦੇ ਆ ਅੱਛਾ ਬੱਠ ਦੇ ਰਹਿੰਦੇ ਆ ਠੀਕ ਹੈ चल जी 6000 च 10000 च मुझे लेनी सही गल है अच्छा चल कोई और दे लेने आओ चलिए केवड़ा है कीमत तिरका सारा जितना कोई लगता है मंडी बहुत ज्यादा गर्मी है इधर इधर देख लेने इधर तो है नहीं अपने को बठ बकरा है जी दसो सारे बकरे है बल्ले इन्होंने ना अपन एक है देना दे दे जिन्हों मर्जी फड़ा दे जिन्हों मर्जी फड़ा दे कोई गल नहीं सलाम कितने पट दस आ काली रंग दी पट खड़ी है अपने कोल आ छोटी देखो जी पवन चौहान गुड सर जी थैंक यू जी पवन चौहान वाह क्या बात है थैंक यू चौहान साहब
ਉਹ ਕੋਈ ਗੱਲ ਨਹੀਂ ਇਹ ਥੋੜੀ ਨਾ ਨਰਮ ਆ ਖੇਰੀਆਂ ਲੈਣੀਆਂ ਨੇ ਖੇਰੀਆਂ ਪੱਠੀਆਂ ਸਾਰੀਆਂ ਜਿੰਨੀਆਂ ਵੀ ਹੋਣਗੀਆਂ ਖੇਰੀਆਂ ਚਾਹੀਦੀਆਂ ਹਾਂ ਦਸ ਕੁ ਪੱਠਾਂ ਤਾਂ ਆਪਣੀਆਂ ਹੋ ਗਈਆਂ ਉਧਰ ਸਵੇਰੇ ਜਾਵਾਂ ਤੁਸੀਂ ਬਾਅਦ ਚ ਆਇਓ ਨਾ ਲੇਟ ਦਸ ਪੱਠਾਂ ਪਹਿਲਾਂ ਬਾਹਰ ਲੜਦੀਆਂ ਨੇ ਪੂਰੀ ਤਮਾੜ ਧੁੱਪ ਚ ਹਾਂ ਤੇਲ ਜ਼ਰੂਰ ਦੇਣਾ ਚਾਹੀਦਾ ਪਸ਼ੂ ਨੂੰ ਬਿਲਕੁਲ ਇਹਦੇ ਨਾਲ ਤੇਲ ਦੇਣ ਨਾਲ ਇਹਦਾ ਸਰੀਰ ਆ ਜਿਹੜਾ ਓਕੇ ਹੋ ਜਾਂਦਾ ਅੰਦਰੋਂ ਜਿਹੜੀ ਖੁਸ਼ਕੀ ਆ ਅੰਦਰ ਨਾ ਦਾਣੇ ਦੀ ਖੁਸ਼ਕੀ ਆ ਉਹ ਸਾਰੀ ਚੱਕੀ ਜਾਂਦੀ ਆ ਤੇਲ ਦੇ ਨਾਲ ਅਸੀਂ ਜਿੰਨੀਆਂ ਵੀ ਨੇ ਸਾਰੀਆਂ ਤੇਲ ਸਭ ਨੂੰ ਦੇਣਾ ਪੈਂਦਾ ਸ਼ਰਮਾ ਜੀ ਹੁਣ ਅੱਜ ਥੋੜ੍ਹਾ ਜਿਹਾ ਮਾਲ ਕੋਈ ਨਹੀਂ ਬਾਬਾ ਜੀ ਇੱਧਰ ਦੇਖ ਲੈਂਦੇ ਆਪਾਂ ਨਾ ਆਪਣੇ ਮਤਬਲ ਦਾ ਨਹੀਂ ਆਇਆ ਜਿਹੜਾ ਆਪਾਂ ਸਟੈਂਡਰਡ ਮਾਲ ਖਰੀਦਦੇ ਹਾਂ ਨਾ ਉਹ ਚੀਜ਼ ਘੱਟ ਆਈ ਆ ਥੋੜ੍ਹੀ ਜਿਹੀ ਵੈਸੇ ਹੈਗੀਆਂ ਵਧੀਆ ਵੀ ਹੈਗੀਆਂ ਨੇ ਵਿੱਚ ਵਿੱਚ ਆਪਾਂ ਲੈਣੀਆਂ ਨਾ ਛੋਟੀਆਂ ਪੱਠਾਂ ਆਹ ਦੇਖੀ ਇਹਦੇ ਵਿੱਚ ਟੈਂਪੂ 'ਚ ਯਾਰ ਬਰੇਕ ਮਾਲ ਆ ਬਾਲਾ ਇਹ 'ਚ ਜ਼ਿਆਦਾ ਮਾਲਕ ਭਲਾ ਕਰੀ ਸਭ ਦਾ ਇਹ ਬੱਕਰਾ ਬੱਕਰਾ ਇਹਦਾ ਆਪਾਂ ਤਾਂ ਪੱਠਾਂ ਲੈਣੀਆਂ ਛੋਟੀਆਂ ਪੱਠਾਂ ਪੰਜ ਮਹੀਨੇ ਛੇ ਮਹੀਨੇ ਦੀਆਂ ਪੱਠਾਂ ਤੁਹਾਡੀ ਮੂਵੀ ਦੇਖਣ ਨਾਲ ਨਾ ਜੀ ਸੰਗਤਾਂ ਦਾ ਇੰਨਾ ਫਾਇਦਾ ਹੋ ਗਿਆ ਇੰਨਾ ਭਲਾ ਹੋ ਗਿਆ ਕਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਦੁਬਈ ਤੋਂ ਫਰਾਂਸ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਆ ਕੇ ਬਾਬਾ ਜੀ ਸਾਡੀ ਦੁਆ ਕਰੋ ਨਾਲ ਹੀ ਉੱਠ ਕੇ ਦੁਆ ਕਰੀਦੀ ਅਗਲੇ ਦੀ ਮੌਲਾ ਕਰਮ ਕਰਦੇ ਸਭ ਦਾ ਭਲਾ ਕਰਦੇ ਤੰਦਰੁਸਤੀ ਰੱਖ ਸਭ ਨੂੰ ਆ ਜਿਹੜਾ ਹੁਣ ਮਾਲਕ ਉੱਧਰੋਂ ਵੀ ਸੁੱਖ ਸ਼ਾਂਤੀ ਰੱਖੇ ਉੱਧਰ ਵੀ ਦੁਆ ਕਰਦੇ ਹਾਂ ਹੜ੍ਹ ਆਏ ਨੇ ਮਾਲਕ ਉਹਨਾਂ 'ਤੇ ਵੀ ਕਿਰਪਾ ਰੱਖੇ ਆਪਦੀ ਜ਼ਿੰਦਗੀ ਬਖਸ਼ੇ ਉਹਨਾਂ ਨੂੰ ਮੌਲਾ ਕਰਮ ਕਰੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਕੰਨੀ ਵੀ ਅਸੀਂ ਹਰ ਟਾਈਮ ਦੁਆਵਾਂ ਕਰਦੇ ਰਹਿੰਦੇ ਹਾਂ ਸ਼ਰਮਾ ਜੀ ਵੀ ਚਲੋ ਮਾਲਕ ਸਭ ਦਾ ਭਲਾ ਕਰ ਦੇਵੇ ਕੋਈ ਕਸ਼ਟ ਹੀ ਹੁੰਦਾ ਚਲੋ ਕੱਟੇ ਜਾਣੇ ਆ ਦੇਖੋ ਇਹਦਾ ਸਵੇਰੇ ਦੇਖ ਗਏ ਆਪਾਂ ਵੱਡੇ ਵੱਡੇ ਕੰਨ ਵਾਲੀਆਂ ਚਾਹੀਦੀਆਂ ਆਪਾਂ ਕੀ ਲੈਣਾ ਬਾਈ ਫਿਰ ਹੈਂ ਰੱਜ ਕੇ ਹੀ ਮੰਗ ਲੈ ਯਾਰ ਉਹ ਬਾਬਾ ਤੂੰ ਲਾ ਤੈਨੂੰ ਦੋ ਦਾ ਮੁੱਲ ਕਰਤਾ ਇਕੱਠੇ ਹੀ ਐ ਕਿਉਂ ਕਰਦਾ ਜੇ ਦੇਣੀ ਆ ਤਾਂ ਜਾਇਜ਼ ਜਾਇਜ਼ ਦੇ ਦੇ ਬੋਲ ਬੋਲ ਮੁਕਾ ਜੇ ਮੈਂ ਤੈਨੂੰ ਕਹਾਂ 6000 ਲੈ ਲਾ ਫੇਰ ਨਹੀਂ ਠੀਕ ਆਹੋ ਵੀ ਤੈਂ ਵੀ ਤਾਂ ਉਹਨਾਂ ਰੱਜ ਕੇ ਮੰਗ ਲਿਆ ਇਹ 'ਚ ਕਾਹਦਾ ਗੁੱਸਾ ਵਾ ਬੋਲ ਦੇਣੀ ਆ 6000 ਦੀ ਫੇਰ ਨਾ ਮੁੱਲ ਕਰੋ ਸਾਡੇ ਕੋਲ ਬੋਕ ਹੈਗਾ ਜੇ ਲੈਣਾ 20000 'ਚ ਦੇ ਦਾਂਗੇ ਨਿੱਕਾ ਜਿਹਾ ਚਾਹੇ ਦੇਖ ਲਓ ਕੰਨ ਮੀਟਰ ਮੀਟਰ ਦੇ ਨੇ ਬਾਬਾ ਜੀ ਮਹਾਰਾਜ
ਹੋਰ ਠੀਕ ਠਾਕ ਹੋ ਜੀ ਸਰਪੰਚ ਸਾਹਿਬ ਅੱਜ ਤੁਹਾਡੇ ਖਾਤਰ ਮੈਂ 8000 ਰੁਪਇਆ ਲੈ ਕੇ ਆਇਆ ਉਹ ਮੈਨੂੰ ਪਤਾ ਵਾ ਅੱਜ ਤੂੰ ਪੈਸੇ ਅਗਲੀ ਵਾਰ ਨੂੰ ਦੇ ਜੀ ਹੋਰ ਦਾ ਤੂੰ ਪੱਠ ਲੈ ਕੇ ਜਾ ਨਹੀਂ ਕੋਈ ਚੱਕਰ ਨਹੀਂ ਹਰ ਵਾਰੀ ਤੂੰ ਮੁੜ ਜਾਣਾ ਸਾਡੇ ਕੋਲ ਆ ਕੇ ਤੁਸੀਂ ਹੁਣ ਪੱਠ ਦੋਗੇ ਤਾਂ ਤਾਂ ਹੀ ਆ ਨਾ ਬਾਬਾ ਗੱਲ ਉਹ ਹੋ ਗਈ ਵੀ ਖੀਰ ਬਣੀ ਬਣਾਈ ਸਵਾਦ ਨਹੀਂ ਆਉਂਦਾਗਾ ਜੇ ਥੋੜਾ ਬਹੁਤਾ ਝੋਕਾ ਲਾ ਜਾਂਦਾ ਫਿਰ ਸੌਖੀ ਰਹਿੰਦੀ ਆ ਆ ਸਾਰੇ ਬਣਾ ਜਾਂਦਾ ਜਾ ਸਹੀ ਗੱਲ ਆ ਤਾਂ ਨਹੀਂ ਵੀ ਖੁਸ਼ ਆ ਬਾਬੇ ਕੋਲ ਇਹਦਾ ਖੁੱਲੀ ਸੁੱਤੀ ਆ ਚਾਹੇ ਸਾਰੇ ਫੜ ਲੋ ਬਾਬਾ ਕੁਛ ਨਹੀਂ ਕਹਿੰਦਾ ਦੋ ਪਾਜੀ ਪਾਜੀ ਚਾਰ ਪੰਜ ਛੇ ਸੱਤ ਚੱਕ ਅੱਠ ਇੱਥੇ ਬੰਦ ਕਰ ਦੇ ਤਾਂ ਹੀ ਤਾਂ ਤੈਨੂੰ ਨਾ ਥਾ ਹੀ ਤਾਂ ਹੀ ਫੜਾਈ ਆ ਤੈਨੂੰ ਵੀ ਲੈ ਫੜ ਐ ਕਿਵੇਂ ਹੋ ਜੂ ਨਾ ਇਹ ਤੈਨੂੰ ਤਾਂ ਹੀ ਇਮਾਨਦਾਰੀ ਨਾਲ ਫੜਾਈ ਵੀ ਅੱਠ ਕੱਢ ਕੇ ਫੜਾ ਦੇ ਹੁਣ ਦੇਖਦੇ ਵੀ ਦਿੰਦੇ ਆ ਹੁਣ ਤੇਰੀ ਦੇਖ ਲੈਣੇ ਵੀ ਅੱਠ ਦਿੰਦਾ ਕਿ ਨਹੀਂ ਦਿੰਦਾ ਜਵਾਨ ਨੂੰ ਫੁੱਲ ਚੜਾ ਨਹੀਂ ਨਹੀਂ ਬਾਬਾ ਹੁਣ ਤੁਸੀਂ ਤਾਂ ਜਾਏ ਨੌ ਦੇੜੇ ਹੋਏ ਐ ਥੋੜੋ ਹੋ ਜੂਗਾ ਬਾਬਾ ਇਹ ਵੀ ਰੋਕਿਆ ਕਿਹੜਾ ਨਾ ਬਾਬਾ ਬਾਬਾ ਮੇਰੇ ਕੋਲ ਬ੍ਰੇਕਾਂ ਸੀ ਇੰਨੇ ਤੇ ਬਾਬਾ ਬਣ ਗਏ ਇਹ ਨਹੀਂ ਹੋਣਾ ਕੰਮ ਚਾਰ ਰਹਿਣ ਦੇ ਫਿਰ ਉਹ ਸਰਪੰਚ ਜਦ ਤੁਹਾਨੂੰ ਮੈਂ ਕਹੀ ਗਿਆ ਵੀ 8 ਦੀ ਮੈਂ ਲੈ ਕੇ ਜਾਣਾ ਮੈਂ ਤਾਂ ਆ ਗਿਆ ਜੇ ਮੈਂ ਨਾ ਆਇਆ ਬਣਾਈ ਦਿੰਦਾ ਤੂੰ ਖੀਰ ਖਾਂਦਾ ਨਹੀਂ ਆ ਹੈ ਬਾਬਾ ਜਿੰਨੇ ਦੀ ਹੈਗੀ ਆ ਮੇਰੇ ਕੋਲ ਹੈਗੀ ਆ ਮੇਰੇ ਕੋਲ ਮਹੀਨਾ ਲੰਘ ਗਿਆ ਪਹਿਲਾਂ ਇਹਦੇ ਨਾਲ ਦੀਆਂ ਨੇ ਮੇਰੇ ਕੋਲ 8-8 ਦੀਆਂ ਪਾ ਲਓ 7-7 ਦੀਆਂ ਪਾ ਲਓ ਮੈਂ ਪਵਾ ਦਿੰਦਾ 35-40 ਖੜੀਆਂ ਨੇ ਨਹੀਂ ਹੋਣਾ ਮੈਂ ਤੇਰੇ ਵਰਗਾ ਨਹੀਂ ਹੋਣਾ 35-40 ਖੜੀਆਂ ਨੇ ਜਿਹੜੀ ਸਾਂਟ ਲਿਓ ਮਰਜੀ 8-8 ਨੂੰ 7-7 ਨੂੰ ਚਕਾ ਲਿਓ ਮੈਂ ਤਾਂ ਉਹਦਾ ਜਵਾਨ ਕਰ ਗਿਆ ਵੀ 8 ਦੀ ਲੈ ਕੇ ਜਾਉ ਮੈਂ ਆ ਗਿਆ ਮੁੜ ਕੇ ਜੇ ਨਾ ਆਇਆ ਅੱਖ ਬਚਾ ਕੇ ਨਹੀਂ ਨੰਗੇ 8 ਦੀ ਲੈਣ ਆਇਆ ਬਾਬਾ ਬਣ ਕੇ ਮਾਰ ਲਾ ਕੋਈ ਨਹੀਂ ਹੁੰਦਾ ਬਾਬਾ ਨਾ 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 ਇੰਨਾ ਵੀ ਚਲੋ ਅਸੀਂ ਉਹ ਸੋਲਡ ਨਾ ਕਰੋ ਪਰਚੀ ਵੀ ਅਸੀਂ ਆਪਦੀ ਪਰਚੀ ਵੀ ਕਰਾ ਲਾਂਗੇ ਅਸੀਂ ਆਪੇ ਕਰਾ ਲਾਂਗੇ ਪਰਚੀ ਵੀ ਕਰਾ ਲਾਂਗੇ ਅਸੀਂ ਬਸ ਉਹ ਪਰਚੀ ਕਰਾ ਲਾਂਗੇ ਇਹ ਬਸ ਯਾਰ ਕੋਈ 300 ਦਾ ਫਰਕਾ ਕੀ ਫਰਕਾ ਫਰਕ ਬਾਲਾ ਵਾ ਨਹੀਂ ਹੁਣ ਤਾਂ ਤੁਸੀਂ ਕਿਹਾ ਨਾ ਵੀ ਲੈ ਕੇ ਜਿਹਨੇ ਦੇਣੀ ਚੀਜ਼ ਪੈਸੇ ਨੀ ਦੇਖਦਾ ਠੀਕ ਆ ਉਹ ਇੱਕ ਮਿੰਟ ਤੁਹਾਨੂੰ ਮੈਂ ਦੱਸਦਾ ਪੱਠ ਖੜੀ ਆ ਇੱਕ ਮਿੰਟ ਉਵੇਂ ਦੀ ਗੱਲ ਤੁਹਾਨੂੰ ਦੱਸਦਾ ਪਿਛਲੇ ਮੇਲੇ ਤੇ ਗੱਲ ਆ ਇਹ ਮਹੀਨਾ ਹੀ ਹੋਇਆ ਉਹ ਬੰਦੇ ਨੂੰ ਕਹਿੰਦਾ ਜੀ ਸਾਡੀ ਏਦਾਂ ਦਾ ਗੱਲਬਾਤ ਆ ਕੋਈ ਦੁਆ ਕਰ ਦੋ ਮਹਾ ਮਾਲਕ ਤੇਰਾ 70 ਗੁਣਾ ਵਧਾ ਦੇਵੇ ਉਹ ਮਾਲਕ ਨੇ ਸੁਣੋ ਮੇਰੀ ਅਸੀਂ ਤਾਂ ਕਹਿਣਾ ਹੀ ਆ ਨਾ ਦੁਆ ਹੀ ਕਰਨੀ ਆ ਚੱਜ ਦੀ ਮਾਲਕ ਨੇ ਪਤਾ ਨਹੀਂ ਕਿਵੇਂ ਕੋਈ ਬਾਹ ਫੜ ਲਿਓ ਫ੍ਰੀ ਬੱਕਰੀ ਦਿੱਤੀ ਉਹਨੇ ਉਹ ਖੜੀ ਆ ਪੱਠ ਮੇਰੀ ਫ੍ਰੀ ਦਿੱਤੀ ਆ ਉਹਦੇ ਚ ਲੈਬ ਬੜਿਆ ਲੈਬ ਇੱਥੋਂ ਦੀ ਬਣੀ ਆ 2 ਘੰਟੇ ਪਹਿਲਾਂ ਦੀ ਠੀਕ ਆ ਨਾ ਕਾਟਾ ਪੈਂਦਾ ਵਾ ਕਾਟਾ ਪੈਂਦਾ ਫੇਰ ਰਹਿਣ ਦੇ ਫੇਰ ਜੇ ਤੂੰ ਜਿੱਤੇ ਖੜਾ ਫਿਰ ਹੁਣ ਤੇਰੀ ਮਰਜ਼ੀ ਨਹੀਂ ਜਿੱਤ ਤੂੰ ਬਾਬਾ ਖੜਾ ਅੱਠ ਹਜ਼ਾਰ ਦੇਤਾ ਫੜਾਤਾ ਆਪਾਂ ਰੌਲੇ ਵਾਲੀ ਗੱਲ ਹੀ ਨੀ ਕਰੀ ਹੁਣ ਇਹ ਕਹਿੰਦਾ 9000 ਦੇ 8.5 ਦੇ ਐ ਥੋੜਾ ਹੁੰਦਾ ਆਹ ਗੱਲ ਲਿਖਾਈ ਵੀ ਕਹਿੰਦਾ ਵੀ ਲਿਖਾਈ ਵੀ ਮੈਂ ਦੇ ਦੂੰਗਾ ਲਿਖਾਈ ਨਾਲ 200 ਪਾਇਆ 500 ਪਾ ਕੇ ਲਿਖਾਈ ਉਹਨੂੰ ਵੀ ਕੀ ਫਰਕ ਪੈਂਦਾ ਲੈਣੀਆਂ ਲਈ ਲੈਨੇ ਆ 500 ਉਧਰੋਂ ਕਰਾ ਦਾ ਗਿਆ ਉਧਰ ਲਈਆਂ ਹੋਈਆਂ ਨੇ ਆਪਾਂ ਉਧਰੋਂ ਉਹੀ ਸਮਾਂ ਉਧਰ ਵਧੀਆ ਲੈ ਲਾਂਗੇ ਐਡੇ ਐਡੇ ਕੰਨ ਨੇ ਉਹਦੇ ਐਡੇ ਐਡੇ ਕੰਨ 8000 ਨੂੰ ਜਿਹੜੀ ਮਿਲਦੀ ਆ ਉਹ ਭਾਈ ਕੰਨ ਵੀ ਤਾਂ ਉਹਦੇ ਐਡੇ ਐਡੇ ਨੇ ਜਿਹੜੀ 8000 ਨੂੰ ਮਿਲਦੀ ਆ ਉਹ ਸੁਣ ਲਈ ਤੇਰੇ ਵਿੱਚ ਲਿਖਾਈ ਉਧਰੋਂ ਕਰਕੇ ਹਾਂ ਪੂਰੇ ਹੋ ਲੈਣ ਦੇ ਪਹਿਲਾਂ ਹੋ ਰਹੀ ਤੂੰ ਆ ਲੈ ਯਾਰ ਚੱਕ ਬੱਕਰੀ ਨਾਲ ਲੈ ਤੂੰ ਆਹ ਲੈ ਨਾਲੇ ਦੁੱਧ ਦਿਆ ਕਰੂ ਸਾਧਾਂ ਦੇ ਬੱਕਰੇ ਦੁੱਧ ਦਿੰਦੇ ਨੇ ਪਤਾ ਇਹ ਵੀ ਦਿਆ ਕਰੂਗਾ ਹਾਂ ਲੈ ਜਾ